ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਆਪਣਾ ਦੋਸਤ ਅਰਨਿਕ ਸਿੰਘ ਭੁੱਲਰ ਤੁਸੀਂ ਦੇਖ ਰਹੇ ਹੋ ਸਾਡਾ YouTube ਰੋ ਫੇਸਬੁਕ ਪੇਜ ਸਾਡੀ ਧਰਤੀ ਸਾਡੇ ਲੋਕ 1 ਸਤੰਬਰ 2023 ਕਰੀਬ ਦੁਪਹਿਰ ਦਾ ਸਮਾਂ 1:10 ਹੋ ਗਿਆ ਲਾਈਵ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨ ਲੱਗੇ ਆ ਸੋ ਬਹੁਤ ਵੱਡੀ ਰਾਹਤ ਬੜੀ ਵੱਡੀ ਜਿਹੜੀ ਖੁਸ਼ੀ ਵਾਲੀ ਗੱਲ ਹੈਗੀ ਹੈ ਪਿਛਲੇ 2-3 ਦਿਨ ਤੋਂ ਲਗਾਤਾਰ ਜਿਹੜਾ ਪਾਣੀ ਹਰੀਕੇ ਹੈਡ ਬਾਕਸ ਤੋਂ ਔਰ ਡੈਮਾ ਤੋਂ ਜਿਹੜਾ ਪਾਣੀ ਘਟ ਰਿਹਾ ਹੈਗਾ ਉਹ ਤੁਹਾਨੂੰ ਅਸੀਂ ਸਾਰੀਆਂ ਤਸਵੀਰਾਂ ਵਿਖਾਵਾਂਗੇ ਅੱਗੇ ਅੰਕੜੇ ਵੀ ਦੱਸਾਂਗੇ ਤੇ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਔਰ ਜਿਹੜਾ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਸਾਂਝੀ ਕਰਾਂਗੇ ਉਸ ਨੂੰ ਵੀ ਜਰੂਰ ਸ਼ੇਅਰ ਕਰਨਾ ਆਪਣੇ ਕਮੈਂਟ ਜਰੂਰ ਦੇਣਾ ਜੇਕਰ ਹਰੀਗੇ ਹੈਡ ਵੈਕਸ ਦੀ ਆਪਾਂ ਗੱਲ ਕਰਦੇ ਆਂ ਆਂਕੜੇ ਵੀ ਤੁਹਾਨੂੰ ਵਿਖਾਵਾਂਗੇ ਦੇਖ ਸਕਦੇ ਤੁਸੀਂ ਸਾਹਮਣੇ ਜਿਹੜਾ ਬਾਈਪਾਸ ਵੀ ਦੇਖ ਸਕਦੇ ਹੋ ਪਾਣੀ ਜਿਹੜਾ ਜਿਹੜਾ ਪਾਣੀ ਐਕਚੁਅਲੀ ਜਿਹੜਾ ਇੱਥੋਂ ਹੈਗਾ ਇਹ ਪਾਣੀ ਜਿਹੜਾ ਐਕਚੁਅਲੀ ਇੱਥੋਂ ਹੈਗਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਬਿਲਕੁਲ ਜਗਾ ਜਿਹੜੀ ਸੁੱਕੀ ਹੋਈ ਜਿਹੜੀ ਬਿਲਕੁਲ ਜਗਾ ਸੁੱਕੀ ਹੋਈ ਤੁਸੀਂ ਉਹ ਵੀ ਕੈਮਰਾਮੈਨ ਨੂੰ ਮੈਂ ਕਹੂੰਗਾ ਇੱਕ ਵਾਰੀ ਚੰਗੀ ਤਰ੍ਹਾਂ ਵਿਖਾ ਦੇਵੇ ਵੀ ਪਾਣੀ ਦੇ ਜਿਹੜਾ ਠੀਕ ਠਾਕ ਅੱਜ ਹੈਗਾ ਜੇਕਰ ਆਪਾਂ ਹਰੀ ਕੇ ਹੈਡਵਕਸ ਦੀ ਗੱਲ ਕਰਦੇ ਆ ਅੱਜ ਜਿਹੜਾ ਇੱਥੇ ਪਾਣੀ ਆ ਰਿਹਾ 5 50787 ਜਿਹੜਾ ਇਥੋਂ ਜਿਹੜਾ ਪਾਣੀ ਆ ਰਿਹਾ ਔਰ 26209 ਜਿਹੜਾ ਕਿਊਸਕੇ ਜਿਹੜਾ ਪਾਣੀ ਇਥੋਂ ਰਿਲੀਜ਼ ਹੋ ਰਿਹਾ ਕੁੱਲ ਮਿਲਾ ਕੇ ਬਹੁਤ ਵੱਡੀ ਰਾਤ ਹੈਗੀ ਏ ਕਰੀਬ ਕਰੀਬ 50787 ਕਿਊਸਕੇ ਇਥੋਂ ਪਾਣੀ ਆ ਰਿਹਾ ਔਰ 26000 ਦੇ ਨੇੜੇ ਤੇੜੇ ਜਿਹੜਾ ਇਤੋਂ ਜਿਹੜਾ ਪਾਣੀ ਜਿਹੜਾ ਕਿਉਸਕੇ ਦਾ ਰਿਲੀਜ਼ ਕੀਤਾ ਜਾ ਰਿਹਾ ਸੋ ਆਪਾਂ ਕਹਿ ਸਕਦੇ ਆਂ ਵੀ ਪਾਣੀ ਜਿਹੜਾ ਦਰਿਆ ਦੇ ਇਲਾਕੇ ਦੇ ਵਿੱਚ ਕਹਿ ਸਕਦੇ ਆਂ ਵੀ ਆਪਾਂ ਜਿਹੜਾ ਬਿਲਕੁਲ ਦਰਿਆਈ ਇਲਾਕੇ ਦੇ ਵਿੱਚ ਪਹੁੰਚ ਚੁੱਕਾ ਔਰ ਜਿਹੜਾ ਬਾਹਰਲੀਆਂ ਜ਼ਮੀਨਾਂ ਹੈਗੀਆਂ ਜਿਹੜਾ ਜਿਹੜੇ ਬੰਨ ਹੈਗੇ ਉਹ ਬਿਲਕੁਲ ਆਪਣੀ ਸੁਰੱਖਿਅਤਾਂ ਤੇ ਪਾਣੀ ਆ ਚੁੱਕਾ ਸਭ ਤੋਂ ਵੱਡੀ ਜਿਹੜੀ ਖੁਸ਼ਖਬਰੀ ਹੈਗੀ ਸਾਡੇ ਵਾਸਤੇ ਲਗਾਤਾਰ ਜਿਹੜਾ ਅੱਗੇ ਆਪਾਂ ਪਾਣੀ ਦਾ ਜਿਹੜਾ ਹੜਾਂ ਦੇ ਰੂਪ ਚ ਜਿਹੜੀ ਮਾਰ ਵੇਖੀ ਐ ਔਰ ਵੱਡੇ ਪੱਧਰ ਜਿਹੜਾ ਨੁਕਸਾਨ ਦੇਖਿਆ ਪਰ ਆਪਾਂ ਬੇਸ਼ੱਕ ਦੀ ਪਾਣੀ ਚ ਸਭ ਕੁਝ ਗਵਾ ਲਿਆ ਬਹੁਤ ਕੁਝ ਗਵਾ ਲਿਆ ਆਪਾਂ ਆਪਣੀਆਂ ਜ਼ਮੀਨਾਂ ਗਵਾ ਲੀਆਂ ਔਰ ਬਹੁਤ ਵੱਡੇ ਪੱਧਰ ਤੇ ਜਿਹੜਾ ਤਿੰਨ ਜਿਹੜਾ ਚਾਰ ਜ਼ਿਲ੍ਹੇ ਹੈਗੇ ਆ ਆਪਾਂ ਜਿਹੜੇ ਸਰਦੀ ਇਲਾਕੇ ਦੀ ਗੱਲ ਕਰਦੇ ਆ ਤਾਂ ਆਪਾਂ ਉਹਦੇ ਚ ਬਹੁਤ ਵੱਡਾ ਜਿਹੜਾ ਨੁਕਸਾਨ ਕਰਵਾਇਆ ਜੇਕਰ ਆਪਾਂ ਤਸਵੀਰਾਂ ਦੇ ਰਾਈ ਜਾਂ ਹੋਰ ਆਪਾਂ ਗੱਲਬਾਤ ਕਰਦੇ ਆਂ ਇਧਰ ਵੀ ਗੱਲਬਾਤ ਕਰਦੇ ਆਂ ਆਪਾਂ ਇਹ ਤੋਂ ਲਾਈਵ ਫੀਡਾਂ ਦੀ ਗੱਲ ਕਰਦੇ ਆਂ ਤੇ ਜਿਹੜੇ ਨਹਿਰਾਂ ਦੀ ਗੱਲ ਕਰਦੇ ਆਂ ਆਪਾਂ ਜਿਹੜੇ ਨਹਿਰਾਂ ਦੇ ਵਿੱਚੋਂ ਰਾਜਸਥਾਨ ਨਹਿਰ ਦੇ ਵਿੱਚੋਂ ਇਸ ਟਾਈਮ 15045 ਜਿਹੜਾ ਪਿਊਸਕੀ ਪਾਣੀ ਰਿਲੀਜ਼ ਕੀਤਾ ਫਰੋਲਪਰ ਜਿਹੜੀ ਨਹਿਰ ਹੈਗੀ ਏ ਉਹਦੇ ਵਿੱਚ 539386 ਜਿਹੜਾ ਕਿ ਉਸਕੋ ਪਾਣੀ ਰੀਲੀਜ਼ ਕੀਤਾ ਜਾ ਰਿਹਾ ਜਿਹੜੀ ਛੋਟੀ ਨਹਿਰ ਹੈਗੀ ਮਖੂ ਮਖੂ ਗੰਕ ਜਿਹੜੀ ਨਹਿਰ ਹੈਗੀ ਏ ਛੋਟੀ ਨਹਿਰ ਹੈਗੇ ਉਹਦੇ ਚ 150 ਕਿਊਸਕੇੜਾ ਪਾਣੀ ਰੀਲੀਜ਼ ਕੀਤਾ ਜਾ ਰਿਹਾ ਅੱਗੇ ਆਪਾਂ ਪੌਂਗ ਡੈਮ ਦੀ ਜਿਹੜੀ ਗੱਲ ਕਰਦੇ ਆਂ ਉਹਦਾ ਜਿਹੜਾ ਰੀਲੀਜ਼ਿੰਗ ਜਿਹੜਾ ਉੱਥੇ ਲੈਵਲ ਹੈਗਾ ਆਰਐਸ ਲੈਵਲ ਹੈਗਾ 1388 ਫੁੱਟ ਹੈਗਾ ਔਰ ਉਹਦੇ ਵਿੱਚ ਜਿਹੜਾ ਇਨਫਲੋ ਜਿਹੜਾ ਪਾਣੀ ਆ ਰਿਹਾ 17784 ਹੈਗਾ ਔਰ ਜਿਹੜਾ ਇਥੋਂ ਪਾਣੀ ਰਿਲੀਜ਼ ਹੋ ਰਿਹਾ ਆ ਆਉਟਫਲੋ ਹੋ ਰਿਹਾ ਹੈ ਉਹਦਾ 24873 ਹੋ ਰਿਹਾ ਸੋ ਇਹ ਸਨ ਜਿਹੜੇ ਅੰਕੜੇ ਜੇਕਰ ਆਪਾਂ ਗੱਲ ਕਰਦੇ ਆਂ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਹਰੀਕੇ ਹੈਡਵੈਕਸ ਤੋਂ ਤੁਸੀਂ ਤਸਵੀਰਾਂ ਵਿੱਚ ਤੁਹਾਨੂੰ ਅਸੀਂ ਵਿਖਾਵਾਂਗੇ ਦੂਸਰੀ ਸਾਈਡ ਵੀ ਅਸੀਂ ਜਾਵਾਂਗੇ ਕਿ ਜਿਹੜਾ ਕੁੱਲ ਮਿਲਾ ਕੇ ਜਿਹੜਾ ਪਾਣੀ ਜਿਹੜਾ ਦਰਿਆਈ ਲਾਕੇ ਵਿੱਚ ਆ ਗਿਆ ਆਪਣੇ ਪਾਣੀ ਕੰਟਰੋਲ ਦੇ ਵਿੱਚ ਆ ਗਿਆ ਸਥਿਤੀ ਬਿਲਕੁਲ ਨਾਰਮਲ ਹੈ ਲੇਕਿਨ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜਾ ਸਾਡਾ ਵੱਡੇ ਪੱਧਰ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਸਾਡੇ ਛੜਕਾਂ ਦਾ ਸਾਡੇ ਮਕਾਨਾਂ ਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਲਾਲਚ ਕਰਾਂਗੇ ਕਿ ਹੁਣ ਛੇਤੀ ਛੇਤੀ ਘਰਾਂ ਨੂੰ ਜਾਈਏ ਲੇਕਿਨ ਅਸੀਂ ਸੁਣਨ ਵਾਲਿਆਂ ਨੂੰ ਇਹ ਬੇਨਤੀ ਕਰਾਂਗੇ ਕਿ ਤੁਸੀਂ ਕਿਉਂਕਿ ਆਪਣੇ ਘਰ ਨੇ ਜਿਹੜੇ ਕਮਰੇ ਆਪਾਂ ਵੇਖਿਆ ਵੱਡੇ ਪੱਧਰ ਦੇ ਜਿਹੜੇ ਦਰਾੜਾਂ ਉਹਨਾਂ 'ਚ ਪਈਆਂ ਤਰੇੜਾਂ ਪਈਆਂ ਨੇ ਔਰ ਜਿਹੜਾ ਕਈਆਂ ਦੇ ਛੱਤਾਂ ਜਿਹੜੀਆਂ ਉਹ ਉਹਨਾਂ ਦਾ ਨੁਕਸਾਨ ਹੋਇਆ ਅਸੀਂ ਬੇਨਤੀ ਕਰਾਂਗੇ ਚੈਨਲ ਦੇ ਮਾਧਿਅਮ ਰਾਹੀਂ ਹਾਲਾਂਕਿ ਲੋਕ ਬਹੁਤ ਸਿਆਣੇ ਆ ਸਾਡੇ ਸਮਝਦਾਰ ਨੇ ਸਾਰੇ ਲੇਕਿਨ ਅਸੀਂ ਫਿਰ ਵੀ ਉਹਨਾਂ ਨੂੰ ਬੇਨਤੀ ਕਰਾਂਗੇ ਰਿਕਵੈਸਟ ਕਰਾਂਗੇ ਕਿ ਉਹ ਸੁਰੱਖਤ ਥਾਵਾਂ ਤੇ ਹਾਲੇ ਰਹਿਣ ਘਰਾਂ ਦੇ ਜਿਹੜਾ ਜਾਣਦੇ ਆਪਣੀ ਖੇਚ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਗਰਮੀ ਹੈ ਹਮਸੇ ਦੇ ਨਾਲ ਜਿਹੜਾ ਸਾਡੇ ਕਮਰਿਆਂ ਦਾ ਸਾਡੇ ਰਹਿਸ਼ਾ ਦਾ ਨੁਕਸਾਨ ਹੋ ਸਕਦਾ ਇਸ ਦੇ ਨਾਲ ਜਿਹੜਾ ਅਸੀਂ ਜੇਕਰ ਕੋਈ ਸਾਡੇ ਜਿਹੜਾ ਜਾਣਵਾਲ ਦਾ ਵੀ ਨੁਕਸਾਨ ਹੋ ਸਕਦਾ ਸੋ ਬੇਨਤੀ ਹੈ ਕਿ ਇਸ ਬੇਨਤੀ ਨੂੰ ਜਰੂਰ ਕਬੂਲ ਕਰਨਾ ਕਿ ਅਸੀਂ ਘਰਾਂ ਵਿੱਚ ਜਾਣ ਦੀ ਜਲਦਬਾਜ਼ੀ ਨਾ ਕਰੀਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਮਕਾਨਾਂ ਦਾ ਸਾਡੀ ਰਹਿਸ਼ ਦਾ ਬਹੁਤ ਵੱਡੇ ਪੱਧਰ ਤੇ ਇਸ ਹਮਸੇ ਦੇ ਨਾਲ ਇਸ ਗਰਮੀ ਦੇ ਨਾਲ ਨੁਕਸਾਨ ਹੋ ਸਕਦਾ ਸ ਵੀਰਾਂ ਤੁਹਾਨੂੰ ਅਸੀਂ ਲਾਈਵ ਖਾਈਆਂ ਇੱਕ ਵਾਰੀ ਇੱਧਰ ਤੁਸੀਂ ਫਿਰ ਦੇਖ ਲਓ ਵੀ ਜਿਹੜਾ ਕਰੀਬ ਕਰੀਬ ਇਹ ਜਿਹੜਾ ਪਾਣੀ ਇੱਥੋਂ 50000 ਕਿਊਸਕ ਦੇ ਨੇੜੇ ਤੇ ਆ ਰਿਹਾ ਹੈ ਔਰ 26000 ਦੇ ਕਿਊਸਕ ਦੇ ਨੇੜੇ ਤੇ ਡਾ ਰਿਲੀਜ਼ ਕੀਤਾ ਜਾ ਰਿਹਾ ਔਰ ਸਥਿਤੀ ਜਿਹੜੀ ਬਿਲਕੁਲ ਨੋਰਮਲ ਹੈ ਗਈ ਸ਼ਾਂਤ ਹੈ ਗਈ ਹੈ ਔਰ ਸਾਡੇ ਵਾਸਤੇ ਬੜੀ ਵੱਡੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਤਿੰਨ ਚਾਰ ਦਿਨ ਤੋਂ ਪਿਛਲੇ ਜਿਹੜਾ ਲਗਾਤਾਰ ਤਿੰਨ ਚਾਰ ਦਿਨ ਜਿਹੜਾ ਪਾਣੀ ਘਟਿਆ 85000 ਕਿਊਸਕ ਵੀ ਚੱਲਿਆ ਫਿਰ ਲਗਾਤਾਰ ਅੱਜ ਆਪਾਂ ਗੱਲ ਕਰਦੇ ਹਾਂ ਤੇ 25000 ਕਿਊਸਕ ਦੇ ਨੇੜੇ ਤੇ ਕਹਿ ਸਕਦੇ ਹਾਂ ਵੀ ਦਰਿਆ ਨੇ ਬਿਲਕੁਲ ਆਪਣਾ ਜਿਹੜਾ ਉਹ ਬਿਲਕੁਲ ਸ਼ਾਂਤੀ ਜਿਹੜੀ ਕਰ ਲਈ ਹੈ ਪਾਣੀ ਹੜਾਂ ਦੇ ਰੂਪ ਵਿੱਚ ਸੀਗਾ ਉਸ ਤੋਂ ਸਾਨੂੰ ਕਾਫੀ ਵੱਡੇ ਪੱਧਰ ਤੇ ਜਿਹੜਾ ਉਹ ਅਨਿਆਤ ਮਿਲੀਏ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤੇ ਜਿਹੜਾ ਆਪਣੇ ਕਮੈਂਟ ਵੀ ਦੇਣਾ ਆਪਣੇ ਸੁਝਾਅ ਵੀ ਦੇਣਾ ਤੇ ਬਾਕੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਹੁਣ ਕਿਉਂਕਿ ਜਿਹੜੀ ਛੜਕਾਂ ਵੱਡੇ ਰੂਪ ਚ ਉਹਨਾਂ ਨੂੰ ਉਹਨਾਂ ਦੀ ਮੁਰੰਮਤ ਵਾਸਤੇ ਕੰਮ ਕੀਤਾ ਜਾਵੇ ਲੋਕਾਂ ਦੇ ਜਿਹੜਾ ਵੱਡੇ ਪੱਧਰ ਤੇ ਫਸਲਾਂ ਦਾ ਨੁਕਸਾਨ ਹੋਇਆ 800 ਰੁਪਏ ਤੁਸੀਂ ਦੇ ਰਹੇ ਹੋ ਖੁਦ ਤੁਸੀਂ ਕਹਿ ਕੇ ਭਵਨ ਦਮਨ ਜੀ ਐਲਾਨ ਕੀਤਾ ਸੀ ਕਿ ਅਸੀਂ 20000 ਰੁਪਏ ਤੱਕ ਦੇਵਾਂਗੇ ਹੁਣ ਸੁਣਿਆ ਕਿ ਤੁਸੀਂ 800 ਰੁਪਏ ਦੇ ਰਹੇ ਹੋ ਇਹਦੇ ਤੇ ਵੀ ਜਰੂਰ ਗੌਰ ਕਰਿਓ ਤੀਸਰੇ ਪੱਧਰ ਤੇ ਅਸੀਂ ਤੀਸਰੀ ਜਿਹੜੀ ਗੱਲ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਸਕੂਲ ਹੈਗੇ ਆ ਕਰੀਬ 12-13 ਜਿਹੜੇ ਸਕੂਲ ਆਪਾਂ ਫਰੋਇਪਰ ਦੀ ਗੱਲ ਕਰਦੇ ਹਾਂ ਫਾਇਲ ਕੇ ਦੀ ਗੱਲ ਕਰਦੇ ਹਾਂ 12-13 ਸਕੂਲ ਜਿਹੜੇ ਲਗਭਗ ਅਸੀਂ ਆਪ ਦੇ ਫਰੋਇਪਰ ਇਲਾਕੇ ਦੀ ਗੱਲ ਕਰਦੇ ਹਾਂ ਤੇ ਜਿਹੜੇ ਸਕੂਲ ਬੰਦ ਪਏ ਆ ਉਹਨਾਂ ਵੱਲ ਵੀ ਜ਼ਰੂਰ ਗੌਰ ਕੀਤਾ ਜਾਵੇ ਕਿਉਂਕਿ ਪਿਛਲੇ 2 ਮਹੀਨੇ ਤੋਂ ਲਗਾਤਾਰ ਜਿਹੜੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ ਏ ਪੜ੍ਹਾਈ ਦਾ ਬੜੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਹਨਾਂ ਜਿਹੜੇ ਜਿਹੜੇ 15-16 ਸਕੂਲ ਹੈਗੇ ਸੀ ਉਹਨਾਂ 2 ਮਹੀਨੇ ਤੋਂ ਬੰਦ ਸੀਗੇ ਔਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਜਿਹੜਾ ਸਮਾਂ ਲਾ ਕੇ ਬੱਚਿਆਂ ਦੀ ਪੜ੍ਹਾਈ ਜਿਹੜਾ ਨੁਕਸਾਨ ਉਹਨੂੰ ਪੂਰਾ ਕੀਤਾ ਜਾਵੇ ਔਰ ਸਰਕਾਰ ਨੂੰ ਔਰ ਸਮਾਜ ਸੇਵੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਬਾਹ ਫੜੇ ਜਾਵੇ ਜਿਹੜਾ ਹੜ੍ਹਾਂ ਦੇ ਵਿੱਚ ਜੋ ਨੁਕਸਾਨ ਹੋਇਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਵੀ ਦੇਣਾ ਤੇ ਆਪਣੇ ਸੁਝਾਅ ਵੀ ਦੇਣਾ ਤੇ ਇਸ ਜਿਹੜਾ ਸਾਡਾ ਚੈਨਲ ਹੈਗਾ YouTube ਚੈਨਲ ਹੈਗਾ ਔਰ Facebook ਪੇਜ ਸਾਡੀ ਧਰਤੀ ਸਾਡੇ ਲੋਕ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਪੇਜ ਨੂੰ ਜ਼ਰੂਰ ਫੋਲੋ ਕਰ ਲੈਣਾ ਮੈਂ ਤੁਹਾਡਾ ਆਪਣਾ ਦੋਸਤ ਰਣਿਕ ਸਿੰਘ ਪੁੱਲਰ ਵਾਹਿਗੁਰੂ ਜਿੱਕਾ ਖਾਲਸਾ ਵਾ